ਬੈਡੋ ਹੀ ਲੱਗ ਰਿਹਾ ਜਿਹੜਾ ਉਹ ਅਮੀ ਜੀ ਅੱਛਾ ਕਿਹੜਾ ਬੈੱਡ ਹੈ ਉਹ ਮੈਨੂੰ ਵੀ ਦੱਸੋ ਤੁਸੀਂ ਅਗਲੇ ਅਮੀ ਜੀ ਵਾਲਾ ਬੈੱਡ ਲੱਗ ਰਿਹਾ ਮੈਨੂੰ ਤੇ ਮੇਰੀ ਤੇ ਐਂਜਲ ਦੀ ਬਾਰਿਸ਼ ਬਿੱਟੇ ਤੁਹਾਡੀ ਆਪਸ ਚ ਹੈ ਓਕੇ ਹੋ ਗਿਆ ਜੀ ਓਕੇ ਹੋ ਗਿਆ ਵੈਲਕਮ ਐਵਰੀਵਨ ਨਥੀ ਨੇਨ ਕਾ ਚੁਮੋਸ ਕਰਕੇ ਮੇਰੇ ਦੋਸਤ ਕਿੰਗ ਬੈਠੇ ਹੋਏ ਹੋ ਤੂੰ ਮੈਂ ਤੇ ਕਿੰਗ ਕਰਾ ਦੋ ਯਾਰੋ ਹਾਂਜੀ ਭਾਈ ਗਾਇਸ ਕੀ ਬਾਤ ਹੈ ਕਿੱਧਰ ਸੇ ਹੋ ਆਪ ਐਂਜਲ ਹਾਂਜੀ ਲਾਹੌਰ ਸੇ ਹਾਂਜੀ ਕੀ ਬਾਤ ਹੈ ਸੁਣ ਕੀ ਥੋੜੀ ਘਟ ਲਾ ਰਿਹਾ ਕਰੋ ਤੁਸੀਂ ਇੰਜ ਜਿਵੇਂ ਸਵੇਰ ਦੇ ਫੰਕਸ਼ਨ ਤੇ ਜਾਣਾ ਹੈ ਮੈਂ ਜਾਨੂ ਨੂੰ ਚੁੰਮੀ ਦੇਣੀ ਹੁੰਦੀ ਨਾ ਹਾਏ 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 ਇਹ ਮਰੀ ਜਿਹੜਾ ਇਸੇ ਇਹਨੂੰ ਸਿੱਧਾ ਹੀ ਰਾਈਵੈਂਡ ਲੈ ਜਾਓ ਪਰਲੇ ਪਿਛੋ ਦੀ ਪਰਲੇ ਪਾਸੇ ਇਹਨੂੰ ਸਾਰੇ ਡਬਲ ਟੈਪ ਸਾਰੇ ਡਬਲ ਟੈਪ ਕਰ ਤੂੰ ਮਰਨ ਲੱਗੀ ਚੁੱਪ ਕਰ ਜਾ 2 ਮਿੰਟ ਡਬਲ ਟੈਪ ਅੱਛਾ ਗੱਲਾਂ ਕਰਨੀਆਂ ਸਦਕੇ ਜਾਵਾਂ ਮਿੰਟਰ ਪਲੇ ਡਬਲ ਟੈਪ ਅਖੇ ਤੈਨੂੰ ਕਰ ਲੋ ਪਹਿਲਾਂ ਅਨਮਿਊਟ ਕਰ ਲੈ ਜੀ ਮੈਂ ਦੋਵੇਂ ਕੁੜੀਆਂ ਮਿਊਟ ਕਰ ਕੇ ਗੱਲਾਂ ਕਰਨੇ ਚਲੋ ਹਾਂਜੀ ਆਹੋ ਇਹ ਤੇਰੇ ਲੈ ਕੇ ਨਹੀਂ ਹਾਂਜੀ ਬਸ ਮੈਂ ਹੀ ਤੇਰੇ ਲੈ ਕੀ ਬੋਲੇ ਪਤਲੂ ਮੈਂ ਕਿਹਾ ਮੇਰੇ ਲੈ ਕੇ ਤੇਰੇ ਲੈ ਕੇ ਨਹੀਂ ਹਾਂ ਮੈਂ ਤਾਂ ਤੁਹਾਡੇ ਨਾਲ ਮਿਊਟ ਕੀਤਾ ਤੁਹਾਡੇ ਲੈ ਕੇ ਸਾਰੀਆਂ ਹੀ ਨੇ ਇਹ ਚੈੱਕ ਕਰੋ ਅੱਛਾ ਜੀ ਸੁਣੋ ਇਹ ਦੂਸਰੀ ਹੈ ਐਂਜਲ ਹੈ ਹਾਂਜੀ ਸੁਣਨਾ ਚਾਹ ਮੈਂ ਵੀ ਇਹਨਾਂ ਨੂੰ ਮਿਊਟ ਕਰਨ ਲੱਗਾ ਕਰ ਕਰ ਤੇ ਕਿਉਂਕਿ ਇਹ ਵਿੱਚ ਭਾਨੀ ਮਾਰਨ ਦੀ ਆ ਬੋਲਣ ਨਹੀਂ ਦੇਦੀ ਹੈ ਨਾ ਅੱਛਾ ਜੀ ਸਹੀ ਹੋ ਗਿਆ ਮਿਊਟ ਹੋ ਗਿਆ ਦੋ ਵੀ ਗੱਲ ਸੁਣ ਮੋਬਾਈਲ ਹੱਥ 'ਚ ਫੜਿਆ ਹੀ ਹੱਥ 'ਚ ਫੜਿਆ ਹੱਥ 'ਚ ਫੜਨ ਦਾ ਆਪਣਾ ਹੀ ਨਾ ਮੋਬਾਈਲ ਹਾਂਜੀ ਅਗਲੀ ਗੱਲ ਇਹਨਾਂ ਨੂੰ ਮੈਂ ਅਨਮਿਊਟ ਕਰ ਰਿਹਾ ਵਾਪਸ ਨਹੀਂ ਨਹੀਂ ਸੌਰੀ 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 ਨਾ ਕਰੋ ਅਨਮਿਊਟ ਨਹੀਂ ਹੋ ਗਿਆ ਨਾ ਜੀ ਉਹਨੇ ਮਿਊਟ ਕੀ ਕਰ ਸੇ ਤੇ ਸਵਾ ਸੇਰ ਗਾਇਸ ਡਬਲ ਓਪਨ ਕਰੇ ਉਹ ਉਹ ਆਦਿ ਚ ਫੜ ਕੇ ਆ ਰਹੀ ਮੈਂ ਸਵਾ ਸੇਰ ਆ ਨਹੀਂ ਮੇਰੇ ਮੋਬਾਈਲ ਹੱਥ ਨੇ ਪਕੜਾ ਆਪ ਗਲਤ ਕਿਉਂ ਸਮਝ ਰਹੇ ਹੋ ਪਤਲੂ ਕੀ ਸਮਝ ਰਹੇ ਆਪ ਕਿਸੇ ਬਾਤ ਮੈਂ ਇਹੀ ਕੁਐਸਚਨ ਕੀਤਾ ਮੋਬਾਈਲ ਆਪਨੇ ਹੱਥ ਮੇ ਪਕੜਾ ਹਾਂ ਮੈਨੂੰ ਮੋਬਾਈਲ ਹੱਥ ਨੇ ਪਕੜਾ ਔਰ ਮੈਨੇ ਕੀ ਬੋਲਾ ਆਪਕੋ ਠੀਕ ਹੈ ਫੜਿਆ ਤੇ ਫਿਰ ਛੱਡ ਆਪ ਤਾਂ ਹਿਲ ਰਹੇ ਨਾ ਮੋਬਾਈਲ ਨਹੀਂ ਛੱਡ ਦੇ ਮੋਬਾਈਲ ਐਸੇ ਹੋ ਰਹੀ ਹੂੰ ਕਰੇ ਤੋੜ ਹਾਂ ਜੀ ਠੀਕ ਹੈ ਜੀ ਜੀ ਵੇਖ ਜੀ ਨਾ ਕੋ ਕੈਮਰਾ ਚੈੱਕ ਕਰ ਰਹੇ ਨੇ ਅਗਲੇ ਕਰਨ ਕਿਧਰ ਜਾ ਰਿਹਾ ਤੇ ਕਿਧਰ ਰਹੀ ਜਾ ਰਿਹਾ ਥੈਂਕ ਯੂ ਬਹੁਤ ਜ਼ਿਆਦਾ ਨੋ ਪ੍ਰੋਬਲਮ ਅੱਛਾ ਜੀ ਪ੍ਰੋਬਲਮ ਬਣ ਜਾਣੀ ਹੁਣੇ 2 ਮਿੰਟ ਬਾਅਦ ਨਾ ਈਜ਼ੀ ਮੋਲ ਈਜ਼ੀ ਮੋਲ ਹੈ ਜੀ ਜ਼ਾਰੀ ਗੱਲ ਹੈ ਜੀ ਹੁਣ ਡਬਲ ਵੀ ਨਹੀਂ ਓਪਨ ਕੀਤਾ ਜ਼ਾਰੀ ਗੱਲ ਹੈ ਹੁਣ ਤੇ ਈਜ਼ੀ ਮੋਲ ਹੈ ਹੁਣ ਤੰਗ ਵਾਲਾ ਸਿਸਟਮ ਨਹੀਂ ਰਿਹਾ ਜੀ ਹਲਾ ਸ਼ੇਖਾ ਠੀਕ ਹੈ ਸਭ ਠੀਕ ਹੈ ਸਭ ਠੀਕ ਕਰਕੇ ਮੈਨੇ ਹੁਣ ਠੀਕ ਠੋਕ ਜਿਹੜੀ ਹੈ ਨਾ ਉਹ ਤੰਗੀਆਂ ਤੋਂ ਨਿਕਲ ਆਈ ਹੈਗਾ ਖਾਣੇ ਖੀਰੇ ਤੇ ਆਹੋ ਸਕੋਰ ਬੜੇ ਘੱਟ ਨੇ ਮੇਰੇ सर्दी लग रही है चादर क्यों ली हुई ऊपर जी पूछ रही हूँ सर्दी लग रही है आपको सर्दी नहीं लग रही हाँ बेचारा डोगर भी गया।